ਸਾਸਰੀ ਕਾਲਾ ਜੀ ਬੇਨਤੀ ਹੈ ਆਪਣਾ ਵੀਰ ਇੱਕ ਜਲਾਲਾਬਾਦ ਤੋਂ ਜਿਹਦਾ ਨਾਮ ਅਮਨ ਕੁਮਾਰ son of ਸਵਰਗਵਾਸੀ ਸੁਦੇਸ਼ ਕੁਮਾਰ ਉਮਰ 21 ਸਾਲ ਜਲਾਲਾਬਾਦ ਦਾ ਰਹਿਣ ਵਾਲਾ ਜੀ ਉਹਦਾ ਵੀਰ ਦਾ ਐਕਸੀਡੈਂਟ ਹੋ ਗਿਆ ਜੀ ਬਹੁਤ ਜ਼ਿਆਦਾ ਸੱਟਾਂ ਵੱਜੀਆਂ ਤੇ ਉਹ ਗਲੋਬਲ ਹਸਪਤਾਲ ਹੈਲਥ케ਅਰ ਬਠਿੰਡਾ ਵੀਖੇ ਦਾਖਲ ਆ ਜੀ ਤੇ ਬਹੁਤ ਗਰੀਬ ਪਰਿਵਾਰ ਆ ਤੇ ਦਿੱਲੀ ਦਾ ਖਰਚਾ ਅਤਰਾ ਤੋਂ 20000 ਰੁਪਏ ਖਰਚਾ ਵਾ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਇਸ ਵੀਰ ਦੀ ਹੈਲਪ ਕੀਤੀ ਜਾਵੇ ਤੇ ਤਾਂ ਜੋ ਕਿਸੇ ਭੈਣ ਭਰਾ ਦੀ ਜਾਨ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਾਰੇ ਭੈਣ ਭਰਾ ਮੁਰੇ ਹੱਥ ਜੋੜ ਕੇ ਇੱਕ ਬੇਨਤੀ ਕਰਨੀ ਆ ਜਿੰਨੇ ਜਨੇ ਵੀਡੀਓ ਨੂੰ ਦੇਖ ਰਹੇ ਆ ਤੇ ਇਹ ਆਪਣਾ ਵੀਰ ਆ ਜੀ ਅਮਨ ਕੁਮਾਰ ਤੇ ਵਾਸੀ ਹੈਗਾ ਜੀ ਜਲਾਲਾਬਾਦ ਦਾ ਤੇ ਇਹਦੀ ਉਮਰ ਹੈਗੀ ਆ 21 ਸਾਲ ਵੀਰ ਦੀ ਤੇ ਹਲਵਾਈ ਦੇ ਨਾਲ ਹੈਲਪਰ ਦਾ ਕੰਮ ਕਰਦਾ ਤੇ ਇਹਦਾ ਐਕਸੀਡੈਂਟ ਹੋ ਚੁੱਕਾ ਜੀ ਰਾਤ ਨੂੰ ਕੰਮ ਤੋਂ ਘਰੇ ਆ ਰਿਹਾ ਸੀਗਾ ਤੇ ਆਉਂਦਿਆਂ ਆਉਂਦੇ ਰਸਤੇ ਵਿੱਚੋਂ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਜਦੋਂ ਬਾਹਰ ਨਿਕਲਿਆ ਤੇ ਇਹ ਵੀਰ ਦਾ ਐਕਸੀਡੈਂਟ ਹੋ ਗਿਆ ਤੇ ਇਹ ਉੱਥੇ ਹੀ ਡਿੱਗ ਪਿਆ ਸਿਰ ਤੇ ਸੱਟ ਲੱਗੀ ਤੇ ਪਿੱਠ ਤੇ ਸੱਟ ਲੱਗੀ ਮੈਨੂੰ ਯਾਨੀ ਪਿਛੇ ਕਮਰ ਤੇ ਸੱਟ ਲੱਗੀ ਤੇ ਫਿਰ ਜਦੋਂ ਚੱਕਿਆ ਤੇ ਇਹਨੂੰ ਹਸਪੀਟਲ ਵੀਰ ਨੂੰ ਲੈ ਗਏ ਆ ਤੇ ਉਹ ਤੇਰੇ ਕਾਫੀ ਪੈਪਾ ਲੱਗੇ ਹੋਏ ਆ ਤੁਸੀਂ ਦੇਖ ਹੀ ਰਹੇ ਸਾਰਾ ਕੁਝ ਤੇ ਇਹਨੂੰ ਵੈਲਟਿਨੇਟਰ ਜਿਹਨੂੰ ਕਹਿੰਦੇ ਵੀ ਉਹਦੇ ਉੱਤੇ ਪਾਇਆ ਹੋਇਆ ਜੀ ਤੇ ਇਹਦਾ ਤਕਰੀਬਨ ਖਰਚਾ ਰੋਜ਼ ਦਾ 15 ਤੋਂ 20000 ਰੁਪਏ ਖਰਚਾ ਆਉਂਦਾ ਪਿਆ ਤੇ ਅੱਜ ਵੀ ਇਹਨੂੰ ਦਾਖਲ ਹੋਏ ਨੂੰ 10 ਦਿਨ ਹੋ ਗਏ ਆ ਜੀ ਤੇ ਅੱਜ ਹਸਪੀਟਲ ਦੇ ਵਿੱਚ ਤਕਰੀਬਨ 1.5 ਲੱਖ ਰੁਪਏ ਇਹਨਾਂ ਦਾ ਖਰਚਾ ਬਣ ਚੁੱਕਾ ਅਜੇ ਤੱਕ ਇਲਾਜ ਦਾ ਤੇ ਉਹ ਵੀ ਦੇਣ ਵਾਲਾ ਪਿਆ ਜੀ ਤੇ ਹੁਣ ਇਹਨਾਂ ਦੇ ਕੋਲ ਵੀ ਕੁਛ ਨਹੀਂਗਾ ਜੀ ਤੇ ਸਾਰੇ ਭੈਣ ਭਰਾ ਮੇਰੇ ਹੱਥ ਜੁੜ ਕੇ ਇਹ ਬੇਨਤੀ ਕਰਦੇ ਆ ਤੇ ਇਸ ਵੀਰ ਦੀ ਜਾਨ ਬਚਾਉਣ ਦੇ ਵਿੱਚ ਸਾਰੇ ਜਣੇ ਹੈਲਪ ਕਰੋ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਮਦਦ ਕਰੋ ਤੇ ਸਾਰੇ ਮੁਰੇ ਇਹੇ ਹੱਥ ਜੋੜ ਕੇ ਬੇਨਤੀ ਆ ਜੀ ਇਹ ਬਹੁਤ ਗਰੀਬ ਪਰਿਵਾਰ ਤੋਂ ਆ ਜੀ ਦੋ ਭਰਾ ਆ ਤੇ ਦੋਵੇਂ ਦਿਹਾੜੀ ਦੱਪਾ ਕਰਕੇ ਆਦਾ ਘਰ ਦਾ ਗੁਜ਼ਾਰਾ ਚਲਾਉਂਦੇ ਆ ਤੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਆ ਉਹਨਾਂ ਦੀ ਡੈਥ ਹੋਈ ਨੂੰ ਅੱਜ ਤਕਰੀਬਨ 15 ਸਾਲ ਹੋ ਗਏ ਆ ਤੇ ਇਹ ਜਿਹੜਾ ਮੁੰਡੇ ਦਾ ਅਜ ਐਕਸੀਡੈਂਟ ਹੋਇਆ ਇਹਦੀ ਉਮਰ 21 ਸਾਲ ਆ ਇਹ ਉਦੋਂ 5 6 ਸਾਲ ਦਾ ਸੀ ਜਦੋਂ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ ਤੇ ਉਦੋਂ ਤੋਂ ਹੀ ਕੰਮਕਾਰ ਕਰਕੇ ਤੇ ਆਪਦਾ ਘਰ ਦਾ ਗੁਜ਼ਾਰਾ ਕਰੀ ਜਾਂਦੇ ਸੀਗੇ ਤੇ ਟਾਈਮ ਪਾਸ ਹੋਈ ਜਾਂਦਾ ਸੀਗਾ ਤੋ ਹੁਣ ਇਹ ਵੀਰ ਹਸਪੀਟਲ ਦੇ ਵਿੱਚ ਲੰਮੇ ਪਿਆ ਆ ਤੇ ਇਹਦਾ ਜਿਹੜਾ ਬ੍ਰਦਰ ਆ ਤੋ ਭਜਾਈਂਠਾ ਹੀ ਕਰਨ ਰਿਹਾ ਆ ਆਪਦੇ ਵੀ ਜਿੰਨਾ ਵੀ ਭਜਾਈਂਠਾ ਕਰਕੇ ਪੈਸੇ ਇਕੱਠੇ ਕਰਦਾ ਪਿਆ ਕੁਝ ਪਿੰਡ ਵਾਲਿਆਂ ਨੇ ਹੈਲਪ ਕੀਤੀ ਆ ਕੋਈ ਸ਼ਹਿਰ ਵਾਸੀ ਨੇ ਹੈਲਪ ਕੀਤੀ ਆ ਵੀ ਜਿੰਨੀ ਵੀ ਹੈਲਪ ਇਹਨਾਂ ਨੇ ਇਕੱਠੇ ਕੀਤੀ ਸਾਰੀ ਹਸਪੀਟਲ 'ਚ ਦੇ ਚੁੱਕੇ ਆ ਪਰ ਅੱਜ ਇਹਨਾਂ ਕੋਲ ਇਲਾਜ ਕਰਾਉਣ ਵਾਸਤੇ ਕੋਈ ਵੀ ਪੈਸਾ ਹੈ ਨਹੀਂ ਤੇ ਜੇ ਕਿਸੇ ਵੀ ਭੈਣ ਭਰਾ ਨੇ ਹੈਲਪ ਕਰਨੀ ਹੋਵੇ ਤੇ ਜ਼ਰੂਰ ਕਰੇ ਜੀ ਆ ਇਹਨਾਂ ਦਾ ਫੋਨ ਨੰਬਰ ਆ ਜੀ ਤੇ ਆਹ ਅਕਾਊਂਟ ਨੰਬਰ ਆ ਜੀ ਤੇ ਵੱਧ ਤੋਂ ਵੱਧ ਜਿੰਨੇ ਵੀ ਭੈਣ ਭਰਾ ਹੈਲਪ ਕਰੋ ਕੋਕੇ ਕਿਸੇ ਦੀ ਜ਼ਿੰਦਗੀ ਬਸ ਕੇ ਤੇ ਇਹ ਵੀਰ ਆਪਣੇ ਪੈਰਾਂ ਤੇ ਖੜਾ ਹੋ ਸਕੇ ਤੁਹਾਡੇ ਸਾਰਿਆਂ ਦੀ ਅਰਦਾਸ ਬੇਨਤੀਆਂ ਤੇ ਜਿੰਨੇ ਵੀ ਭੈਣ ਭਰਾ ਜਰੂਰ ਇਸ ਵੀਰ ਦੀ ਮਦਦ ਕਰੋ ਤੇ ਜਿੰਨੀ ਹੋ ਸਕਦੀ ਹੈਲਪ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ